जे पुराने समय की गल करिए तो उस वेले परिवार आपस के विच रल मिल के रहिंदे सन। सके भरावां नूं इक दूजे दियां बाहां कहा जांदा सी अते वड्डा भरा पिता समान ते छोटा भरा पुत्तर दे समान आख्या जांदा सी। पर अज दे समें ने इह रिश्ते किते गुम करके रख दित्ते जिथे सके भरा इक दूजे दे शरीक समझ के पेश आउंदे ने ते छोटियां छोटियां गल्लां पिछे इन्ने वड्डे कारे कर बैठते ने कि बाद विच पछताउण तों सिवा होर कुछ भी नहीं बचता। इहो जिही घटना पटियाला दे बहादुरगढ़ विखे होई जिथे इक भरा ने अपने ही भरा दा कतल कर दिता। दस दिए कि दोवें भरावां दी आपस दे विच बनती नहीं सी ते वक्खो वक्ख घर विच रहिंदे सन। लेकिन वड्डा भरा सी ज्वाला सिंह छोटे भरा अमर सिंह दे घर अगे जाण पुछ के उसदे नाल लड़न लई तूड़ी सुट्टदा हुंदा सी। जदों अज अमर सिंह अपनी पत्नी नूं लै के वड्डे भरा ज्वाला सिंह दे घर गल करन लई गया तां ज्वाला सिंह ने पहला उसकी घरवाली नूं धक्का मारिया जो कि कंध विच जा बची अते दोवें भरावां विचकार हथों पाई हुई जिस विच वड्डे भरा ज्वाला सिंह ने अपने छोटे भरा अमर सिंह दे सिर दे विच लोहे दी रोड मारी जिस दे नाल अमर सिंह दी हस्पताल दे विच मौत हो गई। मृतक अमर सिंह दे बेटे बिंदर सिंह ने पुलिस प्रशासन तों इंसाफ दी गुहार लगाई। ਮਿੰਦਰ ਜੀ ਜਿਨ੍ਹਾਂ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਸੀ? ਬਹਾਦਰ ਸਾਹਿਬ ਇਹ ਮਾਮਲਾ ਕੀ ਸੀ? ਵੈਸੇ ਹੀ ਆਸਾਂ ਥੋੜ੍ਹੀ ਉੱਥੇ ਗੱਲਬਾਤ ਹੋਈ ਸੀ। ਕਿਸ ਗੱਲ ਨੂੰ ਲੈ ਕੇ ਹੋਈ ਹੈ? ਉਹ ਵੀ ਤੂੜੀ ਨਾ ਆਪਣੇ ਆਪ ਘਰ ਦੇ ਮੂਹਰੇ ਗੇੜਦੇ, ਪਹਿਲਾਂ ਵੀ ਇੱਕ ਵਾਰ ਇਹਨੇ ਕਿਹਾ ਤਾ ਵੀ ਇੱਥੇ ਤੂੜੀ ਨਾ ਗੇੜੇ ਕਰੋ, ਜਦੋਂ ਆਪਣੀ ਗੱਲਬਾਤ ਨਹੀਂ ਹੈਗੀ ਅਤੇ ਇਹਨਾਂ ਨੇ ਫਿਰ ਵੀ ਨਹੀਂ ਦੁਬਾਰੇ ਫੇਰ ਸਿੱਟੀ। ਉਸ ਦਿਨ ਪਹਿਲਾਂ ਇੱਕ ਦਿਨ ਚੱਕ ਲਈ ਸੀ, ਦੁਬਾਰੇ ਫੇਰ ਸਿੱਟਦੇ ਜੀ। ਉਹ ਫਿਰ ਪਾਪਾ ਮੰਮੀ ਦੋਏ ਕਹਿਣ ਗਏ ਤੇ ਨਾ ਵੀ ਆਪਣੀ ਤੂੜੀ ਚੱਕ ਲਓ। ਮੈਂ ਗੁੱਸੇ ਵਿੱਚ ਆ ਕੇ ਮੰਮੀ ਨੂੰ ਧੱਕਾ ਮਾਰਿਆ, ਉਹ ਕੰਧ ਗੱਲ ਵੱਜੇ ਅਤੇ ਡੈਡੀ ਦੇ ਉਹ ਡੰਡਾ ਮਾਰਿਆ ਸੱਟ ਕੇ। ਉਹਨਾਂ ਨੂੰ ਵੀ ਸੱਟ ਸੁੱਟ ਲੱਗੀ ਹੈ? ਮਾਤਾ ਨੂੰ? ਹਾਂਜੀ, ਉਹਨਾਂ 'ਤੇ ਨਹੀਂ ਸੱਟ ਲੱਗੀ ਜੀ, ਉਹ ਬਸ ਜੋ ਜੋ ਹੋ ਗਏ ਪਰ ਠੀਕ ਆ। ਅਤੇ ਇਹਨਾਂ ਦੀ ਮੌਤ ਹੋ ਗਈ ਕੀ? ਵਾਰ ਕਿੱਦਾਂ ਕੀਤੇ ਗਏ ਉਹਦੇ ਵੱਲੋਂ? ਹੈਂ, ਕਿੱਦਾਂ ਤਾਂ ਮਾਰਿਆ ਗਿਆ, ਕਿਸ ਚੀਜ਼ ਨਾਲ ਮਾਰਿਆ ਜੀ? ਡੰਡਾ ਮਾਰਿਆ ਸੀ। ਅਤੇ ਹੋਸਪਿਟਲ 'ਤੇ ਡੈਥ ਹੋਈ ਹੈ ਇਹਨਾਂ ਦੀ? ਹਾਂਜੀ। ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ? ਬਸ ਇਨਸਾਫ ਮਿਲਣਾ ਚਾਹੀਦਾ ਜੀ। ਹੁਣ ਪੁਲਿਸ ਆਈ ਹੈ? ਹਾਂਜੀ ਜੀ। ਇੱਕ ਮਾਮਲਾ ਕਿਹੜੇ ਪਿੰਡ ਦਾ? ਰੈਪਰ ਮੰਡਲ ਜੀ। ਕੀ ਨਾਮ ਹੈ ਜੀ ਤੁਹਾਡਾ? ਬਲਕਾਰ। ਬਗਾ ਜੀ, ਜਿਹੜੇ ਮੁੰਡਾ ਮਰਿਆ ਹੈ, ਕੀ ਮਾਮਲਾ ਕੀ ਸੀ ਇਹ? ਸਰ ਦੋਨੇ ਚਾਚੇ ਨੇ ਮੇਰੇ, ਇੱਕ ਵੱਡਾ ਇੱਕ ਛੋਟਾ, ਮੈਂ ਵੱਡੇ ਗੱਲ ਅਤੇ ਇਹਨਾਂ ਦੀ ਜਿਹੜੇ ਨੇ ਮਾਰਿਆ ਉਹਦੇ ਤੂੜੀ ਸੀਗੀ, ਤੂੜੀ ਸਿੱਟਣ ਪਿੱਛੇ ਹੋਈ ਹੈ। ਕਹਿੰਦਾ ਵੀ ਮੇਰੇ ਦਰਵਾਜ਼ੇ ਅੱਗੇ ਨਾ ਸਾਡੇ ਅੰਦਰ ਕਰਦਾ ਹੁੰਦਾ ਅਤੇ ਉਹ ਕਹਿੰਦਾ ਮੈਂ ਸਿੱਟਣੀ ਹੈ। ਜਦੋਂ ਮੈਂ ਗਿਆ ਉਦੋਂ ਇਹਨਾਂ ਦੀ ਥੋੜ੍ਹੀ ਜਿਹੀ ਲੜਾਈ ਅਤੇ ਡੰਡਾ ਹੱਥ 'ਚ ਮੈਂ ਖੋਲਿਆ ਅਤੇ ਡੰਡਾ ਮਾਰ ਲੱਗਿਆ ਅਤੇ ਉਹ ਤੋਂ ਬਾਅਦ ਉਹ ਡਿੱਗ ਗਿਆ। ਕੀ ਮਾਰਿਆ, ਕਿਸ ਵਾਸਤੇ ਮਾਰ, ਵਾਰ ਜਿਹੜਾ ਕੀਤਾ ਕਿੱਦਾਂ ਕੀ ਕੀਤਾ? ਕਿਰਪਾਨ ਮਾਰੀ ਗਈ? ਡੰਡਾ ਸੀ ਕੋਈ ਦਸਤ। ਸੱਟ ਕਿਤੇ ਵੱਜੀ ਹੈ? ਅਮਰ ਸਿੰਘ। ਇਹ ਆਪਸੀ ਲੜਾਈ ਸੀ, ਰਣਜੀਤ ਸੀ? ਰਣਜੀਤ ਸੀ ਕਿ ਆਪਸੀ ਲੜਾਈ ਹੁੰਦੀ ਸੀ? ਕੀ ਨਾਮ ਹੈ ਜਿਹੜੇ ਮੌਤ ਹੋਈ ਹੈ ਜਿਨ੍ਹਾਂ ਦੀ? ਕਿੱਥੇ ਦੇ ਰਹਿਣ ਵਾਲੇ? ਹੁਣ ਪੁਲਿਸ ਨੂੰ ਕਾਰਵਾਈ ਕਿਸ? ਹਾਂਜੀ ਆਈ ਹੈ ਪੁਲਿਸ। ਕਿੱਦਾਂ ਦੀ ਮੰਗ ਕਰਨਾ ਚਾਹੁੰਦੇ ਹੋ? ਅਸੀਂ ਤਾਂ ਇਹੀ ਕਹਿੰਦੇ ਹਾਂ ਇਨਸਾਫ ਚਾਹੀਦਾ, ਜੋ ਵੀ ਹੈਗਾ ਉਹਦੀ ਇਨਸਾਫ ਹੋਰ ਅਸੀਂ। ਉਧਰ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜੀ ਜਿਹੜਾ ਮਰਡਰ ਹੋਇਆ ਹੈ, ਮਾਮਲਾ ਕੀ ਹੈ? ਇਸ ਤਰ੍ਹਾਂ ਸੀਗਾ, ਸਦਰ ਥਾਣੇ ਦੇ ਵਿੱਚ ਪਿੰਡ ਪੈਂਦਾ ਹੈਗਾ ਰਾਏਪੁਰ ਮੰਡਲਾਂ। ਉੱਥੇ ਦੋ ਭਰਾ ਜਿਹੜੇ ਹੈਗੇ ਆ, ਇਹਨਾਂ ਦਾ ਕੋਈ ਵੈਸੇ ਕੋਈ ਪਹਿਲਾਂ ਕੋਈ ਜ਼ਿਆਦਾ ਡਿਸਪਿਊਟ ਨਹੀਂ ਸੀਗਾ, ਇੱਕ ਜਸਟ ਛੋਟਾ ਜਿਹਾ ਤਕਰਾਰ ਹੋਇਆ ਧੂੜੀ ਪਿੱਛੇ। ਅਤੇ ਜਿਹੜਾ ਮਾਰਨ ਵਾਲਾ ਦੋਸ਼ੀ ਹੈ ਜਵਾਲਾ ਸਿੰਘ, ਇਹਨੇ ਮ੍ਰਿਤਕ ਜਿਹੜਾ ਉਹਦਾ ਭਰਾ ਹੈਗਾ ਅਮਰ ਸਿੰਘ, ਉਹਦੇ ਇੱਕ ਲੋਹੇ ਦੀ ਰੋਡ ਮਾਰੀ ਗੁੱਸੇ 'ਚ ਆ ਕੇ ਸਿਰ 'ਚ। ਅਤੇ ਰੋਡ ਮਾਰਨ ਨਾਲ ਉਹ ਉਸੇ ਟਾਈਮ ਉੱਥੇ ਬੇਹੋਸ਼ ਹੋ ਗਿਆ। ਜਦੋਂ ਉਹਨੂੰ ਲੈ ਕੇ ਗਏ ਹੋਸਪਿਟਲ 'ਚ ਅਤੇ ਜਾਂਦੀ ਉਹਦੀ ਡੈਥ ਹੋ ਗਈ ਹੈ। ਅਸੀਂ ਇਸ ਸੰਬੰਧ ਦੇ ਵਿੱਚ ਅੰਡਰ ਸੈਕਸ਼ਨ 302 ਕੇਸ ਰਜਿਸਟਰ ਕਰ ਲਿਆ ਹੈਗਾ ਦੋਸ਼ੀ ਜਵਾਲਾ ਸਿੰਘ ਦੇ ਖਿਲਾਫ, ਪਲੱਸ ਉਹਨੂੰ ਅਸੀਂ ਅੱਜ ਅਰੈਸਟ ਕਰ ਲਿਆ। ਕੁਝ ਪਤਾ ਲੱਗਿਆ ਸਰ, ਪਹਿਲਾਂ ਵੀ ਇਹਨਾਂ ਦੀ ਕੋਈ ਆਪਸੀ ਲੜਾਈ ਹੁੰਦੀ ਸੀ ਭਰਾਵਾਂ 'ਚ? ਮੈਂ ਤੁਹਾਨੂੰ ਉਹੀ ਦੱਸ ਰਿਹਾ, ਕੋਈ ਥੋੜ੍ਹਾ ਬਹੁਤ ਇਹਨਾਂ ਦੀ ਆਪਸੀ ਮਾੜੀ ਮੋਟੀ ਸੀ, ਕੋਈ ਜ਼ਿਆਦਾ ਨਹੀਂ ਸੀਗੀ। ਅਤੇ ਇਹ ਜਦੋਂ ਤੂੜੀ ਪਿੱਛੇ ਇਹਨਾਂ ਦੀ ਸਡਨ ਪ੍ਰੋਵੋਕੇਸ਼ਨ ਦੇ ਵਿੱਚ ਇੱਕਦਮ ਉਹਨੇ ਗੁੱਸੇ ਵਿੱਚ ਆ ਕੇ ਉਹਦੇ ਰੋਡ ਮਾਰਤੀ। ਹੁਣ ਸਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ? ਹਾਂਜੀ ਹਾਂ, ਦੋਸ਼ੀ ਅੱਜ ਅਸੀਂ ਗ੍ਰਿਫਤਾਰ ਕਰ ਲਿਆ। ਅਤੇ ਸਰ ਇਹਨੂੰ ਮੰਨਜੋਗ ਅਦਾਲਤ ਦੇ ਕੋਈ ਰਿਮਾਂਡ ਵੀ ਲਓਗੇ? ਬਿਲਕੁਲ ਜੀ, ਅਸੀਂ ਇਸ ਦਾ ਕੱਲ੍ਹ ਨੂੰ ਇਹਨੂੰ ਪੇਸ਼ ਕਰਾਂਗੇ ਕੋਰਟ ਦੇ ਵਿੱਚ, ਕੋਰਟ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਅਤੇ ਇਸ ਗੱਲ ਦੀ ਤਹਿ ਤੱਕ ਜਾਵਾਂਗੇ ਕਿ ਵੀ ਆਖਿਰ ਬੇਸਿਕਲੀ ਪਿੱਛੇ ਕਾਰਨ ਕੀ ਬਣਿਆ ਹੈਗਾ ਇਹਦੇ। ਅਤੇ ਹੁਣ ਪੋਸਟਮਾਰਟਮ ਹੋ ਗਿਆ ਸਰ? ਅੱਜ ਹੀ ਇਹਦਾ ਪੋਸਟਮਾਰਟਮ ਹੋ ਰਿਹਾ ਹੈਗਾ, ਉੱਥੇ ਪੋਸਟਮਾਰਟਮ ਕਰਾ ਰਿਹਾ ਸੀ। ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ।
ਮਿੰਟਾਂ ਸੈਕਿੰਡਾਂ ਦੇ ਵਿੱਚ ਖੂਨ ਦੇ ਰਿਸ਼ਤੇ ਹੋਏ ਤਾਰ ਤਾਰ ਸਕੇ ਭਰਾ ਨੇ ਭਰਾ ਦਾ ਹੀ ਕਰ ਦਿੱਤਾ ਬੇਰਹਿਮੀ ਦੇ ਨਾਲ ਕਤਲ ਤੂੜੀ ਸੁੱਟਣ ਕਾਰਨ ਗੁੱਸੇ ਵਿੱਚ ਉਜਾੜਿਆ ਆਪਣਾ ਹੀ ਘਰ ਮਰਦਾਨਾ ਕਮਜ਼ੋਰੀ ਦੂਰ ਕਰਨ ਦੇ ਮਾਹਿਰ ਤਾਕਤ ਜੋਸ਼ ਅਤੇ ਜਵਾਨੀ ਦੀ ਆਖਰੀ ਉਮੀਦ ਕਦੋਂ ਤੱਕ ਗੁਪਤ ਰੋਗਾਂ ਨੂੰ ਬਚਾਉਂਦੇ ਰਹੋਗੇ ਅਨੇਕ ਡਾਕਟਰਾਂ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਹੋ ਨਿਰਾਸ਼ ਹੋ ਚੁੱਕੇ ਹੋ ਪਰੇਸ਼ਾਨ ਰੋਗੀ ਅੱਜ ਹੀ ਸੰਪਰਕ ਕਰਨ ਉਮਰ ਹੋਵੇ 25 ਜਾਂ 80 ਹੁਣ ਹੋਵੇਗਾ ਪੱਕਾ ਇਲਾਜ ਦਰ ਦਰ ਨਾ ਭਟਕੋ ਕਾਂਤ ਸ਼ਿਗਰ ਪਤਨ ਘੱਟ ਸ਼ਕਰਾਣੂ ਸੁਪਨ ਦੋਸ਼ ਨਾ ਮਰਦੀ ਮਰਦਾਨਾ ਕਮਜ਼ੋਰੀ ਇੱਕ ਵਾਰ ਜ਼ਰੂਰ ਅਜ਼ਮਾਓ ਮੈਂ ਵਾਅਦਾ ਕਰਦਾ ਹਾਂ ਤੁਸੀਂ ਨਿਰਾਸ਼ ਨਹੀਂ ਹੋਵੋਗੇ वर्मा दवाखाना नियर नाइया वाला चौंक फगवाड़ा मोबाइल नंबर 9850 6471 9844 6471।